ਦੇਖੋ ਅੱਜ 23 ਤਰੀਕ ਨੂੰ ਅਸੀਂ ਰੱਖਿਆ ਸੀ ਕਿ ਜਿਹੜੇ ਰੁੱਖ ਪੱਟੇ ਗਏ ਨੇ ਦੋ ਪਿੰਡਾਂ ਦੇ ਵਿੱਚ ਸੜਕ ਤੇ ਖੜੇ, ਉਹਨਾਂ ਦੇ ਖਿਲਾਫ ਅਸੀਂ ਲਗਾਤਾਰ ਪਿਛਲੇ 8 ਦਿਨ ਪੂਰਾ ਯਤਨ ਕੀਤਾ, ਜ਼ੋਰ ਲਾਇਆ, ਡੀਸੀ, ਐਸਐਸਪੀ, ਡੀਐਫਓ, ਚੀਫ ਸੈਕਟਰੀ, ਹੋਮ ਸੈਕਟਰੀ ਸਭ ਕੋਲੇ ਗਏ ਆ, ਚਿੱਠੀਆਂ ਭੇਜੀਆਂ ਸੁਪਰੀਮ ਕੋਰਟ ਤੱਕ, ਹਾਈ ਕੋਰਟ ਤੱਕ, ਮੁੱਖ ਮੰਤਰੀ ਤੱਕ, ਕੁੱਲ ਥਾਂ ਅਸੀਂ ਪਹੁੰਚ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਹਲਕਾ ਫੂਲ ਦਾ ਐਮਐਲਏ ਬਲਕਾਰ ਸਿੱਧੂ ਹਿੱਕ ਠੋਕ ਕੇ ਖੜ ਗਿਆ ਉਹਨਾਂ ਦੇ ਨਾਲ ਕਿ ਮੈਂ ਪਰਚਾ ਨਹੀਂ ਹੋਣ ਦੇ, ਸ਼ਰੇਆਮ ਪੁਲਿਸ ਨੂੰ ਕਹਿੰਦਾ ਵੀ ਬੰਦੇ ਮੇਰੇ ਆ ਪਰਚਾ ਨਹੀਂ ਹੋਣਾ ਚਾਹੀਦਾ, ਜਦੋਂ ਕਿ ਸਰਕਾਰ ਦਾ ਕੰਮ ਸੀ, ਐਮਐਲਏ ਦਾ ਕੰਮ ਸੀ ਵੀ ਤੇਰੀ ਸਰਕਾਰੀ ਚੀਜ਼, ਤੇਰੀ ਪ੍ਰੋਪਰਟੀ, ਤੇਰੀ ਜਾਇਦਾਦ, ਤੇਰੀ ਸੜਕ ਦੇ ਉੱਤੇ ਖੜੀਆਂ, ਤੇਰੇ ਖਾਲ ਤੇ ਖੜੀਆਂ ਟਾਲੀਆਂ ਪੱਟੀਆਂ ਗਈਆਂ ਤੇ ਸਰਕਾਰ ਦੀ, ਜੇ ਤੂੰ ਆਪ ਕਾਰਵਾਈ ਕਰਾ। ਕਾਰਵਾਈ ਕਰਾਉਣ ਦੀ ਬਜਾਏ ਉਹ ਬੰਦਾ ਜਾ ਕੇ ਉਹਨਾਂ ਬੰਦਿਆਂ ਨਾਲ ਖੜ ਗਿਆ। ਲਗਾਤਾਰ ਯਤਨ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ। ਅਖੀਰ ਅਸੀਂ ਐਲਾਨ ਕੀਤਾ ਸੀ ਪਰਸੋਂ ਵੀ 23 ਤਰੀਕ ਨੂੰ ਅਸੀਂ ਹਾਈਵੇ ਜਾਮ ਕਰਾਂਗੇ। ਸੋ ਅੱਜ ਅਸੀਂ ਹਾਈਵੇ ਜਾਮ ਕਰਨ ਲਈ ਬਠਿੰਡਾ, ਚੰਡੀਗੜ੍ਹ ਇਕੱਠੇ ਹੋਏ ਸੀ ਪਿੰਡ ਸਧਾਣਾ ਦੀ ਦਾਣਾ ਮੰਡੀ 'ਚ, ਪਰ ਉਸ ਤੋਂ ਪਹਿਲਾਂ ਰਾਤ 8 ਵਜੇ 379 ਚੋਰੀ ਦਾ ਪਰਚਾ, FIR ਨੰਬਰ 35, ਉਹਨਾਂ ਟਾਹਲੀਆਂ ਦੇ ਕਾਤਲਾਂ ਤੇ ਰੁੱਖਾਂ ਦੇ ਕਾਤਲਾਂ ਤੇ 379 ਚੋਰੀ ਦਾ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ। ਇਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ, ਜਿੰਨੇ ਸੰਗਤ ਆਈ ਆ ਉਹਨਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਆ ਵੀ ਆਪਾਂ ਰੁੱਖ ਨਹੀਂ ਪੱਟਣ ਦੇਣੇ, ਜਿਹੜਾ ਬੰਦਾ ਪੱਟਦਾ ਉਹਨੂੰ ਪਿਆਰ ਨਾਲ ਸਮਝਾਓ, ਨਹੀਂ ਪਿਆਰ ਨਾਲ ਸਮਝਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਲਈ ਆਪਾਂ ਸਾਰੇ ਇਕੱਠੇ ਹੋਏ। ਦੇਖੋ ਅੱਜ 23 ਤਰੀਕ ਨੂੰ ਅਸੀਂ ਰੱਖਿਆ ਸੀ ਕਿ ਜਿਹੜੇ ਰੁੱਖ ਪੱਟੇ ਗਏ ਨੇ ਦੋ ਪਿੰਡਾਂ ਦੇ ਵਿੱਚ ਸੜਕ ਤੇ ਖੜੇ, ਉਹਨਾਂ ਦੇ ਖਿਲਾਫ ਅਸੀਂ ਲਗਾਤਾਰ ਪਿਛਲੇ 8 ਦਿਨ ਪੂਰਾ ਯਤਨ ਕੀਤਾ, ਜ਼ੋਰ ਲਾਇਆ, ਡੀਸੀ, ਐਸਐਸਪੀ, ਡੀਐਫਓ, ਚੀਫ ਸੈਕਟਰੀ, ਹੋਮ ਸੈਕਟਰੀ ਸਭ ਕੋਲੇ ਗਏ ਆ, ਚਿੱਠੀਆਂ ਭੇਜੀਆਂ ਸੁਪਰੀਮ ਕੋਰਟ ਤੱਕ, ਹਾਈ ਕੋਰਟ ਤੱਕ, ਮੁੱਖ ਮੰਤਰੀ ਤੱਕ, ਕੁੱਲ ਥਾਂ ਅਸੀਂ ਪਹੁੰਚ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਹਲਕਾ ਫੂਲ ਦਾ ਐਮਐਲਏ ਬਲਕਾਰ ਸਿੱਧੂ ਹਿੱਕ ਠੋਕ ਕੇ ਖੜ ਗਿਆ ਉਹਨਾਂ ਦੇ ਨਾਲ ਕਿ ਮੈਂ ਪਰਚਾ ਨਹੀਂ ਹੋਣ ਦੇ, ਸ਼ਰੇਆਮ ਪੁਲਿਸ ਨੂੰ ਕਹਿੰਦਾ ਵੀ ਬੰਦੇ ਮੇਰੇ ਆ ਪਰਚਾ ਨਹੀਂ ਹੋਣਾ ਚਾਹੀਦਾ, ਜਦੋਂ ਕਿ ਸਰਕਾਰ ਦਾ ਕੰਮ ਸੀ, ਐਮਐਲਏ ਦਾ ਕੰਮ ਸੀ ਵੀ ਤੇਰੀ ਸਰਕਾਰੀ ਚੀਜ਼, ਤੇਰੀ ਪ੍ਰੋਪਰਟੀ, ਤੇਰੀ ਜਾਇਦਾਦ, ਤੇਰੀ ਸੜਕ ਦੇ ਉੱਤੇ ਖੜੀਆਂ, ਤੇਰੇ ਖਾਲ ਤੇ ਖੜੀਆਂ ਟਾਲੀਆਂ ਪੱਟੀਆਂ ਗਈਆਂ ਤੇ ਸਰਕਾਰ ਦੀ, ਜੇ ਤੂੰ ਆਪ ਕਾਰਵਾਈ ਕਰਾ। ਕਾਰਵਾਈ ਕਰਾਉਣ ਦੀ ਬਜਾਏ ਉਹ ਬੰਦਾ ਜਾ ਕੇ ਉਹਨਾਂ ਬੰਦਿਆਂ ਨਾਲ ਖੜ ਗਿਆ। ਲਗਾਤਾਰ ਯਤਨ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ। ਅਖੀਰ ਅਸੀਂ ਐਲਾਨ ਕੀਤਾ ਸੀ ਪਰਸੋਂ ਵੀ 23 ਤਰੀਕ ਨੂੰ ਅਸੀਂ ਹਾਈਵੇ ਜਾਮ ਕਰਾਂਗੇ। ਸੋ ਅੱਜ ਅਸੀਂ ਹਾਈਵੇ ਜਾਮ ਕਰਨ ਲਈ ਬਠਿੰਡਾ, ਚੰਡੀਗੜ੍ਹ ਇਕੱਠੇ ਹੋਏ ਸੀ ਪਿੰਡ ਸਧਾਣਾ ਦੀ ਦਾਣਾ ਮੰਡੀ 'ਚ, ਪਰ ਉਸ ਤੋਂ ਪਹਿਲਾਂ ਰਾਤ 8 ਵਜੇ 379 ਚੋਰੀ ਦਾ ਪਰਚਾ, FIR ਨੰਬਰ 35, ਉਹਨਾਂ ਟਾਹਲੀਆਂ ਦੇ ਕਾਤਲਾਂ ਤੇ ਰੁੱਖਾਂ ਦੇ ਕਾਤਲਾਂ ਤੇ 379 ਚੋਰੀ ਦਾ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ। ਇਸ ਕਰਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ, ਜਿੰਨੇ ਸੰਗਤ ਆਈ ਆ ਉਹਨਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਅਪੀਲ ਕੀਤੀ ਆ ਵੀ ਆਪਾਂ ਰੁੱਖ ਨਹੀਂ ਪੱਟਣ ਦੇਣੇ, ਜਿਹੜਾ ਬੰਦਾ ਪੱਟਦਾ ਉਹਨੂੰ ਪਿਆਰ ਨਾਲ ਸਮਝਾਓ, ਨਹੀਂ ਪਿਆਰ ਨਾਲ ਸਮਝਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਲਈ ਆਪਾਂ ਸਾਰੇ ਇਕੱਠੇ ਹੋਏ।